ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਮੇਲ ਪੰਜਾਬੀ ਟੀਵੀ। ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਘੰਟੀ ਦਾ ਬਟਨ। ਘੰਟੀ ਦਬਾਉਂਦੇ ਹੀ ਤੁਹਾਨੂੰ ਮਿਲਣਗੀਆਂ ਸਾਰੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ। ਪੰਜਾਬ 'ਚ ਪੰਚਾਇਤੀ ਚੋਣਾਂ ਫਿਰ ਤੇ ਨੇ। ਪੰਚਾਇਤੀ ਚੋਣਾਂ ਜਿੱਤਣ ਲਈ ਹਰ ਕੋਈ ਏੜੀ ਚੋਟੀ ਦਾ ਜ਼ੋਰ ਲਗਾ ਰਿਹਾ ਹੈ, ਪਰ ਇਸ ਵਾਰ ਪੰਚਾਇਤੀ ਚੋਣਾਂ 'ਚ ਅਫੀਮ ਦਾ ਬੋਲਬਾਲਾ ਹੈ। ਇਹ ਆਪਾਂ ਨਹੀਂ ਕਹਿ ਰਹੇ, ਪਟਿਆਲਾ ਪੁਲਿਸ ਨੂੰ ਹੋਈ ਵੱਡੀ ਰਿਕਵਰੀ ਕਹਿ ਰਹੀ ਹੈ। ਪਟਿਆਲਾ ਪੁਲਿਸ ਨੇ ਕਰੀਬ 6 ਕਿਲੋ ਅਫੀਮ ਬਰਾਮਦ ਕੀਤੀ ਹੈ। ਪੁਲਿਸ ਦੀ ਮੰਨੀਏ ਤਾਂ ਇਸ ਅਫੀਮ ਦਾ ਇਸਤੇਮਾਲ ਕਿਤੇ ਨਾ ਕਿਤੇ ਚੋਣਾਂ 'ਚ ਹੋਣਾ ਸੀ। ਪਟਿਆਲਾ ਦੇ SSP ਨੇ ਖੁਦ ਇਸ ਗੱਲ ਦਾ ਖੁਲਾਸਾ ਕੀਤਾ। ਪਟਿਆਲਾ ਦੇ SSP ਦੀ ਮੰਨੀਏ ਤਾਂ ਇਸ ਅਫੀਮ ਦੀ ਕੀਮਤ ਲੱਖਾਂ ਵਿੱਚ ਹੈ। ਤੁਸੀਂ ਆਪ ਹੀ ਸੁਣੋ ਕੀ ਕਹਿ ਰਹੇ ਨੇ ਪਟਿਆਲਾ ਦੇ SSP। ਐਂਟੀ ਸੋਸ਼ਲ ਐਲੀਮੈਂਟ 'ਤੇ ਜੋ ਪਟਿਆਲਾ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ, ਉਸ ਦੀ ਲੜੀ ਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਕਾਮਯਾਬੀ ਮਿਲੀ ਜਦੋਂ ਅਸੀਂ 6 ਕਿਲੋ ਸੰਗਰੂਰ ਦਾ ਰਹਿਣ ਵਾਲਾ ਉਹਦੇ ਤੋਂ 6 ਕਿਲੋ ਅਸੀਂ OPM ਪਕੜਨ 'ਚ ਕਾਮਯਾਬ ਹੋਏ ਹਾਂ। ਉਹ ਇਹਨਾਂ ਨੇ ਕਰੀਬ 7,20,000 ਰੁਪਏ ਦੀ ਜਿਹੜੀ OPM ਇਹ ਲੈ ਕੇ ਆਉਂਦੀ ਸੀ, ਅਤੇ ਉਹਦੇ ਵਿੱਚੋਂ ਅਸੀਂ ਉਹਨੂੰ ਭਿੰਦਰ ਸਿੰਘ ਪੁੱਤਰ ਚੰਦ ਸਿੰਘ ਵਾਸੀ ਅਜੀਤ ਨਗਰ ਭਵਾਨੀਗੜ੍ਹ ਉਹਨੂੰ ਫੜਨ ਦੇ ਵਿੱਚ ਕਾਮਯਾਬ ਹੋਏ ਹਾਂ, ਅਤੇ ਇਹ ਉਹਨੂੰ ਉਹਦੀ ਅਰੈਸਟ ਪਾ ਕੇ ਅੱਜ ਅਦਾਲਤ ਵਿੱਚ ਪੇਸ਼ ਕਰਾਂਗੇ, ਅਤੇ ਉਹਦੇ ਤੋਂ ਉਸ ਤੋਂ ਪਤਾ ਲੱਗ ਸਕੇ ਵੀ ਅੱਗੇ ਕਿਹਨਾਂ ਨੂੰ ਦੇਣੀ ਸੀ, ਉਹਦੇ ਗਾਹਕ ਕੀ ਸੀ। ਇਹਨੇ ਜਿਹੜਾ ਹੁਣ ਇਹ ਦੱਸਿਆ ਵੀ ਮੈਂ ਆਪਦੀ, ਕਿਉਂਕਿ ਇਹਦੇ 'ਤੇ ਪੁੱਛਗਿੱਛ ਤੋਂ ਆਇਆ, ਪਿਛਲੇ 8-10 ਸਾਲ ਤੋਂ ਇਹ ਰੈਗੂਲਰ ਥੋੜ੍ਹੀ ਥੋੜ੍ਹੀ ਕੁਆਂਟਿਟੀ ਦੇ ਵਿੱਚ ਲੈ ਕੇ ਆਉਂਦਾ ਸੀ, ਪਰ ਹੁਣ ਇੱਕ ਵਾਰੀ ਵੱਡੀ ਕੁਆਂਟਿਟੀ ਦੇ ਵਿੱਚ ਲੈ ਕੇ ਆਇਆ ਸੀ। ਅਤੇ ਇਹਦਾ ਇਹ ਕਹਿਣਾ ਇਹ ਆ ਵੀ ਮੈਂ ਇਹਨੂੰ ਹੁਣ ਰੀਸੈਂਟ ਸਮੇਂ ਦੇ ਵਿੱਚ, ਅਤੇ ਕਿਆਸ ਰਾਹੀਂ ਇਹੀ ਲਾ ਸਕਦੇ ਹਾਂ ਕਿ ਰੀਸੈਂਟ ਸਮਾਂ ਤਾਂ ਇਲੈਕਸ਼ਨ ਹੈ, ਪਰ ਇਹਦੇ ਵਿੱਚ ਕੋਈ ਪਰਟੀਕੁਲਰ ਸਪੈਸੀਫਿਕ ਇਲੈਕਸ਼ਨ ਲਈ ਨਹੀਂ ਕਹਿ ਸਕਦੇ, ਪਰ ਹੁਣ ਇਹਨੇ ਕਿਹਾ ਸੀ ਵੀ ਹੁਣ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਡਿਮਾਂਡ ਵੱਧ ਜਾਂਦੀ ਹੈ, ਇਸ ਕਰਕੇ ਮੈਂ ਜ਼ਿਆਦਾ ਇਕੱਠੀ ਲਿਆਇਆ ਸੀ ਜੀ, ਅਤੇ ਸੋ ਦੈਟ ਕਿ ਮੈਂ ਕਹਿ ਸੀ।